ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਪਰਮ ਸਤਿਕਾਰਯੋਗ ਸਤਿ ਸਿੰਘ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨ੍ਹਾਂ ਨਿੰਦਕਾਂ, ਨਰ ਕੇ ਘੋਰ ਪਵਨ। ਦੇਖੋ, ਇਹ ਜਿਹੜਾ ਨਿੰਦਾ ਦਾ ਵਿਸ਼ਾ ਹੈ, ਇਹ ਆਮ ਕਰਕੇ ਅਧਿਆਤਮਿਕ ਮਾਰਗ ਦੇ ਰਸਤੇ ਦੇ ਵਿੱਚ ਇਹ ਆਮ ਦੇਖਿਆ ਗਿਆ ਹੈ। ਕਿਉਂਕਿ ਜਦੋਂ ਦਾ ਵੀ ਸੰਸਾਰ ਬਣਿਆ, ਮਨੁੱਖ ਦੂਸਰੇ ਮਨੁੱਖ ਦੇ ਪ੍ਰਤੀ ਆਪਣਾ ਜਿਹੜਾ ਵਰਤੀਰਾ ਸ਼ੁਰੂ ਤੋਂ ਹੀ ਈਰਖਾਲੂ ਰੱਖਦਾ ਹੈਗਾ। ਦੂਸਰੇ ਨੂੰ ਦੇਖ ਕੇ ਮਨ ਦੇ ਵਿੱਚ ਜਲਣ ਹੋ ਜਾਣੀ, ਦੂਸਰੇ ਨੂੰ ਚੰਗਾ ਨਹੀਂ ਸਮਝਣਾ। ਔਰ ਅਗਰ ਕੋਈ ਬੰਦਾ ਆਪਣੇ ਜੀਵਨ ਦੇ ਵਿੱਚ ਤਰੱਕੀ ਕਰ ਗਿਆ ਤਾਂ ਉਹਦੀ ਤਰੱਕੀ ਨੂੰ ਜਰ ਨਹੀਂ ਹੋਣਾ। ਇਹ ਤਾਂ ਸਾਰੀਆਂ ਜੋ ਚੀਜ਼ਾਂ ਹੈਗੀਆਂ ਇਹ ਨਿੰਦਾ ਨੂੰ ਜਨਮ ਦਿੰਦੀਆਂ। ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜੀ ਨਿੰਦਾ ਨਾ, ਇਹ ਨਿੰਦਾ ਦਾ ਜੋ ਬਾਅਦ ਦੇ ਵਿੱਚ ਫਲ ਨਿਕਲਦਾ, ਪ੍ਰਮਾਣ ਨਿਕਲਦਾ ਹੈ, ਉਹ ਮਨੁੱਖ ਜਾਣਦਾ ਨਹੀਂ। ਇਹ ਨਿੰਦਾ ਜਿਹੜੀ ਆ, ਇਹ ਕੁੱਲ ਡੋਬਣ ਦੀ ਰੀਤ ਹੈ, ਆਪਣਾ ਜਪ ਤਪ ਸਾਰਾ ਨਸ਼ਟ ਕਰ ਦਿੰਦੀ ਆ। ਪਰ ਫਿਰ ਵੀ ਮਨੁੱਖ ਸਭ ਕੁਝ ਜਾਣਦਾ ਹੋਇਆ ਵੀ ਨਿੰਦਾ ਕਰਨ ਤੋਂ ਆਵਾਜ਼ ਨਹੀਂ ਆਉਂਦਾ। ਅੱਜ ਦਾਸ ਇਸੇ ਹੀ ਵਿਸ਼ੇ 'ਤੇ ਕੁਛ ਕੁ ਵਿਚਾਰ ਆਪ ਸਾਰੇ ਸੱਜਣਾ ਸਾਂਝਾ ਕਰਨ ਦਾ ਯਤਨ ਕਰਦਾ ਹੈਗਾ। ਦੇਖੋ, ਗੁਰਬਾਣੀ ਦੇ ਵਿੱਚ ਬੜਾ ਖੋਲ੍ਹ ਕੇ ਦੱਸਿਆ ਕਿ ਅਗਰ ਕੋਈ ਮਨੁੱਖ 68 ਤੀਰਥਾਂ 'ਤੇ ਇਸ਼ਨਾਨ ਕਰੇ ਅਤੇ ਲੋਕਾਂ ਦੀ ਸਹੂਲਤ ਵਾਸਤੇ ਰਸਤੇ ਵਿੱਚ ਖੂਹ ਅਤੇ ਤਲਾਬ ਵੀ ਬਣਾ ਦੇਵੇ ਅਤੇ ਬੜੇ ਬੜੇ ਦਾਨ ਵੀ ਕਰ ਦੇਵੇ, ਸੋਨੇ ਗਹਿਣੇ ਭੂਮੀ ਇਹ ਚੀਜ਼ਾਂ ਆਦਿਕ ਦਾਨ ਵੀ ਕਰੇ, ਪਰ ਸਭ ਕੁਛ ਇੰਨਾ ਵੱਡਾ ਉਪਕਾਰ ਕਰਨ ਦੇ ਬਾਵਜੂਦ ਅਦੇ ਉਹਦੇ ਮੂੰਹੋਂ ਹੈ ਨਾ ਨਿੰਦਾ ਦਾ ਜਿਹੜਾ ਲਫ਼ਜ਼ ਹੈ ਇਹ ਨਿਕਲ ਜਾਵੇ। ਫਿਰ ਕਹਿੰਦੇ ਭਾਈ, ਉਹ ਨਿਕਲਿਆ ਹੋਇਆ ਨਿੰਦਾ ਦਾ ਲਫ਼ਜ਼ ਉਹਦਾ ਸਾਰਾ ਜਿਹੜਾ ਪਰਉਪਕਾਰ ਆ ਨਾ, ਉਹ ਸਾਰਾ ਨਸ਼ਟ ਕਰ ਦਿੰਦਾ ਹੈਗਾ। ਜਿਵੇਂ ਕਿਸੇ ਪੇਟੀ ਦੇ ਵਿੱਚ ਸੇਬ ਪਏ ਆ, ਉਹਦੇ ਵਿੱਚ ਇੱਕ ਗਲਿਆ ਸੇਬ ਰੱਖ ਦੇਈਏ ਅਤੇ ਬਾਕੀ ਸਾਰੇ ਸੇਬ ਜਿਹੜੇ ਉਹ ਆਪਣੇ ਆਪ ਹੀ ਗਲ ਜਾਂਦੇ ਆ। ਇਸ ਕਰਕੇ ਨਿੰਦਾ ਰੂਪੀ ਜਿਹੜਾ ਫਲ ਗਲਿਆ ਹੋਇਆ ਹੈ, ਇਹ ਸਾਡੇ ਜੀਵਨ ਦੇ ਸਾਰੇ ਜਪ ਤਪ ਨਸ਼ਟ ਕਰ ਦਿੰਦਾ ਹੈਗਾ। ਇਸ ਕਰਕੇ ਗੁਰਬਾਣੀ ਨੇ ਤਾਂ ਫੈਸਲਾ ਕਰ ਦਿੱਤਾ ਕਿ ਇਹੋ ਜਿਹਾ ਜਿਹੜਾ ਨਿੰਦਕ ਹੈਗਾ, ਕਹਿੰਦੇ ਕਿਵੇਂ ਤਰ ਸਕਦਾ ਹੈਗਾ, ਉਹਦੇ ਤਰਨ ਦਾ ਵੀ ਕੋਈ ਉਪਾਵ ਨਹੀਂ ਆ। ਕਿਉਂ? ਕਿਉਂਕਿ ਅਖੀਰ ਜਿਹੜਾ ਹੈ ਇਹ ਨਿੰਦਕ ਨਰਕਾਂ ਦੇ ਕੁੰਡ ਦੇ ਵਿੱਚ ਚਲਿਆ ਜਾਂਦਾ ਹੈਗਾ। ਪਰ ਹੁਣ ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜੀ ਨਿੰਦਾ ਹੈਗੀ ਆ, ਜਿੱਥੇ ਇੰਨਾ ਖਤਰਨਾਕ ਹਥਿਆਰ ਹੈ ਕਿਸੇ ਵੀ ਪ੍ਰਾਣੀ ਦਾ ਅਤੇ ਜਿਹੜਾ ਉਸ ਨੂੰ ਹੀ ਗਾਲ ਦਿੰਦਾ ਹੈਗਾ, ਪਰ ਇਹ ਮਹਾਂਪੁਰਖਾਂ ਵਾਸਤੇ ਜਿਹੜੀ ਨਿੰਦਾ ਹੈਗੀ ਆ ਬਹੁਤ ਉਪਯੋਗੀ ਔਰ ਪਰਉਪਕਾਰੀ ਸਿੱਧ ਹੁੰਦੀ ਆ। ਇਹਦਾ ਕਾਰਨ ਕੀ ਹੈ ਕਿ ਮਹਾਂਪੁਰਖ ਦੱਸਦੇ ਆ ਕਿ ਜਿਵੇਂ ਕੋਈ ਸੱਪ ਹੈਗਾ ਬੜਾ ਜ਼ਹਿਰੀਲਾ, ਉਹ ਜਿਹੜਾ ਜ਼ਹਿਰੀਲਾ ਸੱਪ ਆ ਬਾਵਨ ਚੰਦਨ ਦਾ ਜਿਹੜਾ ਬੂਟਾ ਹੁੰਦਾ ਉਹਨੂੰ ਉਸਨੇ ਆਪਣਾ ਲਪੇਟਾ ਪਾਇਆ ਹੁੰਦਾ, ਪਰ ਹੁਣ ਬਾਵਨ ਰੂਪੀ ਚੰਦਨ ਦੇ ਵਿੱਚੋਂ ਜਦ ਸੁਗੰਧ ਆਉਂਦੀ ਆ, ਸੁਗੰਧੀ ਆਉਂਦੀ ਆ, ਉਹ ਸੱਪ ਜਿਹੜਾ ਹੈ ਉਹ ਸੁਗੰਧੀ ਨੂੰ ਆਪਣੀ ਜੀਭ ਨਾਲ ਚੱਟਦਾ ਹੈਗਾ ਅਤੇ ਉਹਦੀ ਜੀਭ ਜਿਹੜੀ ਆ ਚੱਟ ਚੱਟ ਕੇ ਲਾਲ ਹੋ ਜਾਂਦੀ ਆ, ਪਰ ਉਹ ਚੱਟਣੋਂ ਨਹੀਂ ਹਟਦਾ। ਸੋ ਉਹਦੀ ਜੀਭ ਜਦ ਇਸ ਬੂਟੇ ਨੂੰ ਚੜ੍ਹਦੀ ਆ, ਪਰ ਇਹ ਜਿਹੜਾ ਚੰਦਨ ਦਾ ਬੂਟਾ ਹੁੰਦਾ ਇਹਦਾ ਕੁਛ ਨਹੀਂ ਵਿਗੜਦਾ ਹੈਗਾ, ਇਹਦੀ ਜਿਹੜੀ ਸੁਗੰਧੀ ਆ ਮੱਧਮ ਨਹੀਂ ਹੁੰਦੀ, ਇਹ ਜਿਉਂ ਦੀ ਤਿਉਂ ਰਹਿੰਦੀ ਆ। ਪਰ ਸੱਪ ਦਾ ਜਿਹੜਾ ਹੈਗਾ ਉਹ ਜੀਭ ਰੂਪੀ ਜੋ ਮਾਸ ਹੈਗਾ ਉਹ ਸਾਰਾ ਜਿਹੜਾ ਉਹ ਛਿੱਲਿਆ ਜਾਂਦਾ ਹੈਗਾ। ਇਸੇ ਤਰ੍ਹਾਂ ਇਹ ਨਿੰਦਕ ਹੁੰਦਾ ਹੈਗਾ, ਜਿਹੜਾ ਨਿੰਦਕ ਹੁੰਦਾ ਹੈ ਉਹ ਮਹਾਂਪੁਰਖ ਦੱਸਦੇ ਆ ਕਿ ਜਦੋਂ ਉਹ ਭਜਨ ਸਿਮਰਨ ਕਰਦੇ ਆ, ਭਜਨ ਸਿਮਰਨ ਕਰਦਿਆਂ ਕਰਦਿਆਂ ਇਹ ਜਿਹੜੀ ਉਹਨਾਂ ਦੇ ਅੰਦਰ ਹੋਮੇ ਹੁੰਦੀ ਆ, ਇਹ ਹੋਮੇ ਜਿਹੜੀ ਆ ਇਹ ਮੋਟੀ ਮੋਟੀ ਹੋਮੇ ਤਾਂ ਭਜਨ ਜਿਹੜਾ ਹੈਗਾ ਉਹਨੂੰ ਤੋੜ ਦਿੰਦਾ ਹੈਗਾ, ਉਹਨੂੰ ਤੋੜ ਦਿੰਦਾ, ਉਹਨੂੰ ਉੱਥੋਂ ਗਰਾ ਦਿੰਦਾ। ਨਾਮ ਅਭਿਆਸ ਦੇ ਰਸਤੇ ਵਿੱਚ ਜਿਹੜੀ ਰੁਕਾਵਟ ਬਣਦੀ ਆ ਉੱਥੋਂ ਇਹ ਜਿਹੜੀ ਹੋਮੇ ਹੈਗੀ ਆ ਟੁੱਟ ਟੱਟ ਕੇ ਗਲ ਗੁਲ ਕੇ ਉੱਥੋਂ ਬਿਖਰ ਜਾਂਦੀ, ਦੂਰ ਹੋ ਜਾਂਦੀ ਆ। ਪਰ ਇੱਕ ਹੋਮੇ ਉਹ ਹੁੰਦੀ ਹੈ ਜਿਹੜੀ ਅਤਿ ਸੂਖਮ ਹੁੰਦੀ ਆ, ਇਹ ਜਿਹੜੀ ਸੂਖਮ ਹੋਮੇ ਆ ਨਾ, ਇਹ ਸੂਖਮ ਹੋਮੇ ਮਨ ਦੇ ਨਾਲ ਇਸ ਤਰ੍ਹਾਂ ਚਿੰਬੜੀ ਰਹਿੰਦੀ ਆ, ਜਿਵੇਂ ਉਹ ਕਹਿ ਲਓ ਕਿ ਕੋਈ ਤਾਂਬੇ ਦਾ ਬਰਤਨ ਹੋਵੇ, ਤਾਂਬੇ ਦੇ ਬਰਤਨ ਦੇ ਵਿੱਚੋਂ ਜਿੰਨਾ ਮਰਜ਼ੀ ਉਹਨੂੰ ਧੋਈ ਆ ਉਹਦੇ ਅੰਦਰੋਂ ਕਾਲਖ ਨਹੀਂ ਜਾਂਦੀ। ਇਸ ਤਰ੍ਹਾਂ ਇਹ ਜਿਹੜੀ ਸੂਖਮ ਰੂਪੀ ਹੋਮੇ ਹੁੰਦੀ ਆ ਇਹ ਮਨ ਨੂੰ ਇਸ ਤਰ੍ਹਾਂ ਜਗੜ ਕੇ ਰੱਖਦੀ ਆ ਕਿ ਇਹਦਾ ਧੋਣਾ ਜਿਹੜਾ ਹੈ ਨਾ ਇਹ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਤੁਸੀਂ ਸ਼ਬਦ ਅਭਿਆਸ ਜਿੰਨਾ ਮਰਜ਼ੀ ਕਰ ਲਓ, ਪਰ ਇਹ ਸੂਖਮ ਹੋਮੇ ਜਿਹੜੀ ਆ ਜਿਹਦਾ ਪਤਾ ਵੀ ਨਹੀਂ ਲੱਗਦਾ ਹੈ, ਇਹ ਹੋਮੇ ਜਿਹੜੀ ਆ ਇਹ ਉਸ ਗੁਰਮੁਖ ਅਭਿਆਸੀ ਦੇ ਰਸਤੇ ਵਿੱਚ ਬੜੀ ਭਾਰੀ ਰੁਕਾਵਟ ਬਣ ਜਾਂਦੀ ਆ। ਜਿਵੇਂ ਇੱਕ ਮਹਾਤਮਾ ਦੱਸਦੇ ਸੀ,
ਉਹ ਕਹਿੰਦੇ ਸੀਗੇ ਕਿ ਸਾਡੀ ਜ਼ਿੰਦਗੀ ਦੀ ਸਾਰੀ ਕੀਤੀ ਭਗਤੀ ਬੰਦਗੀ ਤਪੱਸਿਆ ਜਿਹਦਾ ਸਿੱਟਾ ਇਹ ਹੋਇਆ ਕਿ ਸਾਡਾ ਜਿਹੜਾ ਮਨ ਸੀਗਾ ਨਿਰਮਲ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਜਿਹੜੀ ਹਉਮੈ ਸੀਗੀ ਉਹ ਹਉਮੈ ਜਿਹੜੀ ਸੀਗੀ ਉਹ ਹੌਲੀ ਹੌਲੀ ਖਤਮ ਹੁੰਦੀ ਗਈ। ਪਰ ਅਖੀਰ ਇੱਕ ਸਟੇਜ ਐਸੀ ਆਈ ਆ ਜਿਸ ਸਟੇਜ ਦੇ ਵਿੱਚ ਅਸੀਂ ਖੁਦ ਕਹਿੰਦੇ ਅਨੁਭਵ ਕਰਦੇ ਸੀਗੇ ਕਿ ਅਗਰ ਕੋਈ ਸਾਨੂੰ ਫਤਿਹ ਬੁਲਾਉਂਦਾ ਸੀਗਾ ਸਾਨੂੰ ਚੰਗਾ ਲੱਗਦਾ ਸੀ, ਪਰ ਅਗਰ ਕੋਈ ਡੰਡੌਤ ਬੰਦਨਾ ਜਾਂ ਸਿਰ ਚੁਕਾ ਕੇ ਸਾਨੂੰ ਮੱਥਾ ਟੇਕਦਾ ਸੀ ਉਹ ਜਿਹੜਾ ਆਦਮੀ ਫਤਿਹ ਬੁਲਾਉਂਦਾ ਸੀਗਾ ਗੁਰਮੁਖ ਪ੍ਰਾਣੀ ਉਹਦੇ ਨਾਲ ਸਾਨੂੰ ਪੈਰਾਂ ਨੂੰ ਹੱਥ ਲਾਉਣ ਵਾਲਾ ਵਿਅਕਤੀ ਜ਼ਿਆਦਾ ਚੰਗਾ ਲੱਗਦਾ ਸੀਗਾ। ਅਤੇ ਕਹਿੰਦੇ ਵੀ ਇਹ ਫਰਕ ਜਿਹੜਾ ਸੀਗਾ ਹੈ ਨਾ ਇਹ ਸਾਡੇ ਮਨ ਦੇ ਵਿੱਚ ਕਿਉਂ ਆ ਜਾਂਦੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਸੀ ਆਉਂਦੀ, ਪਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਕਿ ਇਹ ਸਾਰੇ ਹਉਮੈ ਕਰਕੇ ਹੈਗਾ। ਅਖੀਰ ਕਹਿੰਦੇ ਵੀ ਅਸੀਂ ਇਹ ਜਿਹੜੀ ਸ਼ੂਖਮ ਹਉਮੈ ਚੁੰਬੜੀ ਹੋਈ ਸੀ ਇਸ ਨੂੰ ਖਤਮ ਕਰਨ ਵਾਸਤੇ 6 ਮਹੀਨੇ ਬੜੀਆਂ ਲੰਮੀਆਂ ਅਤੇ ਅੰਮ੍ਰਿਤ ਵੇਲੇ ਬਹੁਤ ਜ਼ਿਆਦਾ ਕਹਿੰਦੇ ਵੀ ਭਿੱਜ ਕੇ ਅਰਦਾਸਾਂ ਕੀਤੀਆਂ ਤਾਂ ਜਾ ਕੇ ਇਹ ਜਿਹੜੀ ਸ਼ੂਖਮ ਰੂਪੀ ਹਉਮੈ ਸੀਗੀ ਇਹ ਮਨ ਦੇ ਕੋਲੋਂ ਕਹਿੰਦੇ ਵੀ ਜਾ ਕੇ ਲਿੱਥੀ। ਫਿਰ ਕਹਿੰਦੇ ਵੀ ਸਾਡੀ ਜਿਹੜੀ ਦ੍ਰਿਸ਼ਟੀ ਬ੍ਰਹਮ ਗਿਆਨੀ ਵਾਲੀ ਹੋ ਗਈ, ਜਿਵੇਂ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਜਿਹੜੀ ਸਮ ਹੁੰਦੀ ਆ ਇਸੇ ਤਰ੍ਹਾਂ ਕਹਿੰਦੇ ਵੀ ਸਾਡੀ ਦ੍ਰਿਸ਼ਟੀ ਸਮ ਹੋ ਗਈ, ਹੁਣ ਚਾਹੇ ਸਾਨੂੰ ਕੋਈ ਫਤਿਹ ਬੁਲਾਵੇ ਜਾਂ ਸਾਡੇ ਪੈਰੀਂ ਹੱਥ ਲਾਵੇ ਜਾਂ ਵੈਸੇ ਸਾਨੂੰ ਕੋਈ ਗਾਲੀ ਗਲੋਚ ਕਰੇ ਹੁਣ ਸਾਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਹਉਮੈ ਜਿਹੜੀ ਹੈ ਨਾ ਉਹ ਬਿਲਕੁਲ ਕਹਿੰਦੇ ਨਸ਼ਟ ਹੋ ਗਈ ਨਾਸ਼ ਹੋ ਗਈ। ਪਰ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ। ਪਰ ਮਹਾਂਪੁਰਖ ਦੱਸਦੇ ਆ ਕਿ ਜਿਹੜੇ ਨਿੰਦਕ ਹੁੰਦੇ ਆ ਉਹ ਨਿੰਦਕ ਜਿਸ ਮਹਾਂਪੁਰਖਾਂ ਦੀ ਨਿੰਦਾ ਕਰਦੇ ਆ ਨਾ ਕਹਿੰਦੇ ਉਹਨਾਂ ਮਹਾਂਪੁਰਖਾਂ ਨੂੰ ਇਹ ਸ਼ੂਖ ਰੂਪੀ ਜਿਹੜੀ ਹਉਮੈ ਹੈਗੀ ਆ ਇਹਨੂੰ ਮਿਟਾਉਣ ਵਾਸਤੇ ਕੋਈ ਬਹੁਤਾ ਯਤਨ ਨਹੀਂ ਕਰਨਾ ਪੈਂਦਾ। ਕਿਉਂ? ਕਿਉਂਕਿ ਜਿਹੜੇ ਨਿੰਦਕ ਹੁੰਦੇ ਆ ਇਹ ਨਿੰਦਕ ਜਿਹੜੇ ਆ ਇਹ ਉਹਨਾਂ ਮਹਾਂਪੁਰਖਾਂ ਦੀ ਜਿਹੜੀ ਸ਼ੂਖਮ ਹਉਮੈ ਆ ਉਸ ਹਉਮੈ ਨੂੰ ਆਪਣੀ ਜੀਭ ਦੇ ਨਾਲ ਚੱਟਦੇ ਆ। ਕਹਿੰਦੇ ਵੀ ਜਿਵੇਂ ਸੱਪ ਹੈ ਉਹ ਚੰਦਨ ਨੂੰ ਜੀਭ ਨਾਲ ਚੱਟਦਾ ਹੈ, ਜਾਂ ਇਉਂ ਕਹਿ ਲਓ ਕਿ ਜਿਵੇਂ ਇੱਕ ਹੱਡਾ ਰੇੜੀ ਦਾ ਜੋ ਕੁੱਤਾ ਹੁੰਦਾ ਹੈਗਾ ਇਹ ਕੁੱਤਾ ਜਿਹੜਾ ਨਾ ਹੱਡਾ ਰੇੜੀ ਦੇ ਵਿੱਚ ਜਾ ਕੇ ਜਦ ਪਸ਼ੂਆਂ ਦਾ ਮਰਿਆਂ ਦਾ ਮਾਸ ਖਾਂਦਾ ਹੈਗਾ ਅਤੇ ਉਸ ਨੂੰ ਫਿਰ ਉਹ ਜਿਹੜੀ ਹੱਡਾ ਰੇੜੀ ਦੇ ਵਿੱਚ ਮਰੇ ਪਸ਼ੂ ਆ ਹੈ ਨਾ ਉਸ ਪਸ਼ੂ ਦੀ ਜਿਹੜੀ ਹੱਡੀ ਆ ਉਸ ਹੱਡੀ ਦੇ ਵਿੱਚੋਂ ਫਿਰ ਜਿਹੜਾ ਹੈਗਾ ਉਹ ਇੱਕ ਸਵਾਦ ਆਉਣ ਲੱਗ ਪੈਂਦਾ। ਇਹੋ ਜਿਹੜੇ ਕੁੱਤੇ ਆ ਉਹ ਮਰੀ ਹੋਈ ਹੱਡੀ ਜਿਹੜੀ ਆ ਚੱਕ ਕੇ ਮੂੰਹ ਦੇ ਵਿੱਚ ਚਬਾਉਂਦੇ ਰਹਿੰਦੇ ਆ ਚੂਸਦੇ ਰਹਿੰਦੇ ਆ, ਪਰ ਹੱਡੀ ਜਿਉਂ ਜਿਉਂ ਚੂਸਦੇ ਆ ਅਤੇ ਉਹਨਾਂ ਦੀ ਜੀਭ ਜਿਹੜੀ ਆ ਉਹ ਜੀਭ ਇਸ ਹੱਡੀ ਦੇ ਚੂਸਣ ਦੇ ਕਰਕੇ ਕਹਿੰਦੇ ਆ ਉਹ ਜੀਭ ਲਾਲ ਹੋ ਜਾਂਦੀ ਆ ਔਰ ਘਸ ਜਾਂਦੀ ਆ, ਉਹਦੇ ਵਿੱਚ ਕੰਡੇ ਜਿਹੜੇ ਆ ਉਹ ਪੈਦਾ ਹੋ ਜਾਂਦੇ ਆ ਅਤੇ ਇਸ ਲਾਲ ਹੋਈ ਜੀਭ ਦੇ ਵਿੱਚੋਂ ਫਿਰ ਕਹਿੰਦੇ ਲਹੂ ਵਗਣ ਲੱਗ ਪੈਂਦਾ। ਲਹੂ ਜਦ ਵਗਦਾ ਹੈਗਾ ਤਾਂ ਕਹਿੰਦੇ ਜਿਹੜਾ ਕੁੱਤਾ ਹੈਗਾ ਉਹ ਹੱਡੀ ਨਹੀਂ ਛੱਡਦਾ ਹੈਗਾ ਚਾਹੇ ਲਹੂ ਵਗੇ, ਉਹ ਸਮਝਦਾ ਹੈ ਕਿ ਇਹ ਜਿਹੜਾ ਲਹੂ ਦਾ ਸਵਾਦ ਮੈਨੂੰ ਆ ਰਿਹਾ ਹੈਗਾ ਇਹ ਮੇਰਾ ਆਪਣਾ ਨਹੀਂ ਆ, ਇਹ ਹੱਡੀ ਦੇ ਵਿੱਚੋਂ ਕੋਈ ਜਿਹੜਾ ਹੈਗਾ ਰਸਾਇਣਿਕ ਪਦਾਰਥ ਨਿਕਲ ਰਿਹਾ ਹੈਗਾ, ਇਸ ਕਰਕੇ ਉਹ ਫਿਰ ਹੱਡੀ ਜਿਹੜੀ ਚੂਸਦਾ ਰਹਿੰਦਾ, ਅਸਲ 'ਚ ਚੂਸਦਾ ਆਪਣਾ ਲਹੂ ਹੀ ਹੁੰਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਨਿੰਦਕ ਆ ਹਨ ਇਸ ਕੁੱਕਰ ਦੇ ਨਿਆਈ ਹੁੰਦੇ ਆ ਹੱਡਾ ਰੇੜੀ ਵਾਲੇ, ਉਹ ਕੀ ਕਰਦੇ ਆ ਮਹਾਂਪੁਰਖਾਂ ਦੀ ਜਿਹੜੀ ਹਉਮੈ ਹੈ ਉਹ ਆਪਣੀ ਜੀਭ ਦੇ ਨਾਲ ਚੱਟਦੇ ਰਹਿੰਦੇ ਆ। ਪਰ ਅਖੀਰ ਜਦ ਸਮਾਂ ਆਉਂਦਾ ਹੈ ਇਹਨਾਂ ਦੀ ਜਿਹੜੀ ਜੀਭ ਹੈ ਮਹਾਂਪੁਰਖਾਂ ਦੀ ਨਿੰਦਾ ਕਰ ਕਰਕੇ ਕਰਕੇ ਆਪਣਾ ਜਪ ਤਪ ਦਾ ਸਾਰਾ ਖਤਮ ਕਰ ਦਿੰਦੀ ਆ, ਪਰ ਨਿੰਦਾ ਕਰ ਕਰਕੇ ਇਹ ਵੀ ਜੀਭ ਦੇ ਵਿੱਚੋਂ ਜਿਹੜਾ ਹੈ ਨਾ ਉਹ ਲੋਭ ਰੂਪੀ ਲਹੂ ਹੈ ਉਹ ਨਿਕਲਣ ਲੱਗ ਪੈਂਦਾ ਹੈਗਾ। ਉਹ ਲੋਭ ਰੂਪੀ ਲਹੂ ਕੀ ਹੁੰਦਾ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਆ ਜਾਂਦਾ ਕਿ ਉਹ ਚਾਹੇ ਜਿੰਨਾ ਮਰਜ਼ੀ ਦੁੱਖ ਤਕਲੀਫ ਉਸ ਹੱਡਾ ਰੇੜੀ ਦੇ ਕੁੱਤੇ ਵਾਂਗੂ ਸਹਿਣ, ਪਰ ਉਹ ਜਿਵੇਂ ਹੱਡਾ ਰੇੜੀ ਦਾ ਕੁੱਤਾ ਉਹ ਲਹੂ ਮੂੰਹ 'ਚੋਂ ਨਿਕਲ ਰਿਹਾ ਹੈਗਾ ਅਤੇ ਉਸ ਨੂੰ ਹੱਡੀ ਦੇ ਵਿੱਚੋਂ ਨਿਕਲੇ ਰਸ ਸਮਝ ਕੇ ਹੱਡੀ ਨਹੀਂ ਛੱਡਦਾ। ਇਸ ਤਰ੍ਹਾਂ ਇਹ ਜਿਹੜੇ ਨਿੰਦਕ ਹੈਗੇ ਆ ਇਹ ਮਹਾਂਪੁਰਖਾਂ ਦੀ ਨਿੰਦਾ ਕਰਨੀ ਨਹੀਂ ਛੱਡਦੇ, ਜਿਸ ਨੂੰ ਗੁਰਬਾਣੀ ਨੇ ਆਖਿਆ ਕਿ ਕਬੀਰ ਭਰ ਭਾਰ ਭਰਾਈ ਸਿਰ ਚੜ੍ਹੇ ਚੱਲਿਓ ਚਾਹੇ ਬਾਟ। ਕਹਿੰਦੇ ਪਰਾਇਆ ਭਾਰ ਸਿਰ 'ਤੇ ਚੜ੍ਹਦਾ ਜਾਂਦਾ ਹੈ ਅਤੇ ਇਹੋ ਜਿਹੜੇ ਪ੍ਰਾਣੀ ਆ ਚੱਲਿਓ, ਕਹਿੰਦੇ ਵੀ ਇਸ ਨਿੰਦਾ ਦੇ ਮਾਰਗ 'ਤੇ ਚੱਲਦੇ ਚੱਲਿਓ ਚਾਹੇ ਬਾਟ। ਕਹਿੰਦੇ ਚਾਹੁੰਦੇ ਕਿ ਮੈਂ ਹੋਰ ਨਿੰਦਾ ਕਰਾਂ ਅਤੇ ਇਹੋ ਜਿਹੇ ਪ੍ਰਾਣੀ ਕੀ ਕਰਦੇ ਆਪਣੇ ਭਾਰੇ ਨਾ ਡਰੇ, ਕਹਿੰਦੇ ਉਹ ਇਸ ਨਿੰਦਾ ਦੇ ਭਾਰ ਤੋਂ ਨਹੀਂ ਡਰਦੇ। ਆਗੇ ਉਭਕਟ ਘਾਟ, ਉਹਨਾਂ ਦਾ ਜਿਹੜਾ ਅਗਲਾ ਰਸਤਾ ਘੱਟ ਹੀ ਹੈਗੀ ਉਹ ਅੱਗੇ ਤੋਂ ਔਖੀ ਹੋਈ ਜਾਂਦੀ ਆ। ਭਾਵ ਕੀ ਆ ਕਿ ਉਹਨਾਂ ਦਾ ਜੀਵਨ ਜਿਹੜਾ ਹੈ ਨਾ 84 ਲੱਖ ਜੂਨਾਂ ਨਰਕਾਂ ਦੇ ਦੁੱਖਾਂ ਤਕਲੀਫਾਂ ਦੇ ਵਿੱਚ ਜਾਣ ਤੋਂ ਫਿਰ ਕੋਈ ਰੋਕ ਨਹੀਂ ਸਕਦਾ ਹੈਗਾ। ਪਰ ਇਹ ਜੋ ਨਿੰਦਕ ਹੁੰਦੇ ਆ ਇਹ ਮਹਾਂਪੁਰਖਾਂ ਦੀ ਜਿਹੜੀ ਹਉਮੈ ਜੀਭ ਨਾਲ ਚੱਟਦੇ ਆ ਉਹਨਾਂ ਵਾਸਤੇ ਉਹਨਾਂ ਦੀ ਹਉਮੈ ਜਿਹੜੀ ਆ ਉਹ ਇਸ ਜੀਭ ਨਾਲ ਚੱਟ ਚੱਟ ਕੇ
ਫਿਰ ਉਹ ਉਹਨਾਂ ਦਾ ਮਨ ਨਿਰਮਲ ਕਰ ਦਿੰਦੇ ਆ। ਇਸ ਕਰਕੇ ਮਹਾਂਪੁਰਖਾਂ ਨੂੰ ਬਹੁਤਾ ਯਤਨ ਨਹੀਂ ਕਰਨਾ ਪੈਂਦਾ, ਕਿਉਂਕਿ ਉਹਨਾਂ ਦੀ ਸੁੱਤੇ ਸਿਰ ਜਿਹੜੀ ਹਉਮੈ ਹੈਗੀ ਆ ਨਿੰਦਕ ਚੱਟ ਚੱਟ ਕੇ, ਉਹ ਪੂਰੀ ਤਰ੍ਹਾਂ ਉਹਨਾਂ ਦਾ ਮਨ ਜਿਹੜਾ ਨਿਰਮਲ ਕਰ ਦਿੰਦੇ, ਸਾਫ਼ ਕਰ ਦਿੰਦੇ ਆ। ਇਸ ਕਰਕੇ ਮਹਾਂਪੁਰਖ ਜਿਹੜੇ ਆ ਉਹ ਜਿਹੜੇ ਨਿੰਦਕ ਹੁੰਦੇ ਉਹਨਾਂ ਨੂੰ ਆਪਣਾ ਮਿੱਤਰ ਮੰਨਦੇ ਆ, ਨਾ ਕਿ ਦੁਸ਼ਮਣ, ਨਾ ਕਿ ਦੁਸ਼ਟ। ਕਿਉਂ? ਗੁਰਬਾਣੀ ਦੇ ਵਿੱਚ ਇਹੋ ਜਿਹੇ ਨਿੰਦਕਾਂ ਦੀ ਆਪਾਂ ਦੇਖਦੇ ਹਾਂ ਕਿ ਪੁਰਾਤਨ ਸਮੇਂ ਵਿੱਚੋਂ ਅਤੇ ਹੁਣ ਦੇ ਅਜੋਕੇ ਸੰਤ ਵੀ ਜਿਹੜੇ ਆ ਉਹ ਮਿੱਤਰਾਂ ਵਾਂਗੂ ਸਹਾਇਤਾ ਕਰਦੇ ਆਏ ਆ। ਜਿਵੇਂ ਇੱਕ ਵਾਰ ਕੀ ਹੋਇਆ ਸੀਗਾ ਕਿ ਭਗਤ ਕਬੀਰ ਜੀ ਦੇ ਟਾਈਮ ਇੱਕ ਨਿੰਦਕ ਐਸਾ ਸੀਗਾ ਜਿਹੜਾ ਕਬੀਰ ਜੀ ਦੀ ਬੜੀ ਨਿੰਦਾ ਕਰਦਾ ਸੀ, ਅਤੇ ਇਹ ਜਿਹੜੀ ਖਬਰ ਸੀ ਕਬੀਰ ਜੀ ਤੱਕ ਵੀ ਪਹੁੰਚੀ ਕਿ ਫਲਾਨਾ ਵਿਅਕਤੀ ਤੁਹਾਡੀ ਨਿੰਦਾ ਬਹੁਤ ਦੁਨੀਆ 'ਚ ਕਰਦਾ। ਕਬੀਰ ਜੀ ਹੱਸ ਪੈ, ਕਹਿਣ ਲੱਗੇ ਚਲੋ ਠੀਕ ਆ। ਔਰ ਕਬੀਰ ਜੀ ਨੇ ਆਪਣੇ ਲੜਕੇ ਨੂੰ ਖੁਦ ਜਿਹੜੇ ਸੀ ਉਹ ਪ੍ਰਸ਼ਾਦੇ ਦੇ ਕੇ ਇਹ ਆਖਿਆ ਕਿ ਤੂੰ ਉਹ ਜਿਹੜਾ ਨਿੰਦਕ ਮੇਰੀ ਨਿੰਦਾ ਕਰਦਾ ਹੈ ਨਾ ਉਸ ਨੂੰ ਪ੍ਰਸ਼ਾਦਾ ਛਕਾਇਆ ਕਰ। ਉਸ ਤੋਂ ਬਾਅਦ ਦੇਖੋ ਕਬੀਰ ਜੀ ਦੇ ਲੜਕੇ ਜਿਹੜੇ ਖੁਦ ਜਿਹੜੇ ਸੀਗੇ ਉਸ ਨਿੰਦਕ ਨੂੰ ਰੋਜ਼ ਪ੍ਰਸ਼ਾਦਾ ਤਾਜ਼ਾ ਛਕਾਉਂਦੇ ਸੀਗੇ। ਪਰ ਜਦ ਉਹ ਨਿੰਦਕ ਨੂੰ ਪਤਾ ਲੱਗਾ ਕਿ ਕਬੀਰ ਜੀ ਦਾ ਲੜਕਾ ਹੈ, ਉਹ ਮਨ ਹੀ ਮਨ ਸੋਚੇ ਕਿ ਮੈਂ ਤਾਂ ਉਹਨਾਂ ਦੀ ਇੰਨੀ ਨਿੰਦਾ ਕਰਦਾ ਪਰ ਕਬੀਰ ਜੀ ਉਲਟ ਮੇਰੀ ਸਹਾਇਤਾ ਕਰਦੇ ਆ। ਫਿਰ ਉਹਨੇ ਮਨ 'ਚ ਸੋਚਿਆ ਹੋ ਸਕਦਾ ਹੈਗਾ ਕਿ ਇਹ ਲੜਕਾ ਕਬੀਰ ਦਾ ਅਤੇ ਕਬੀਰ ਦੀ ਆਪਸ ਵਿੱਚ ਨਾ ਬਣਦੀ ਹੋਵੇ। ਪਰ ਜਦੋਂ ਉਹਨੇ ਪੁੱਛ ਪੜਤਾਲ ਕੀਤੀ ਉਹਨੂੰ ਪਤਾ ਲੱਗਾ ਕਿ ਇਹ ਜਿਹੜੀ ਪ੍ਰਸ਼ਾਦਾ ਰੋਟੀ ਮੈਨੂੰ ਰੋਜ਼ ਤਾਜ਼ੀ ਆਉਂਦੀ, ਇਹ ਜਿਹੜੀ ਰੋਟੀ ਤਾਜ਼ੀ ਆਉਂਦੀ ਇਹ ਕਬੀਰ ਹੀ ਮੈਨੂੰ ਭੇਜਦਾ ਹੈਗਾ। ਪਰ ਹੈਰਾਨ ਹੋ ਗਿਆ ਕਿ ਜਿਹਦੀ ਅਸੀਂ ਨਿੰਦਾ ਕਰਦੇ ਹਾਂ ਉਹ ਸਾਡੇ ਮਿੱਤਰ ਵਾਂਗੂ ਕਿਉਂ ਵਿਹਾਰ ਕਰਦੇ ਆ। ਇਸੇ ਤਰ੍ਹਾਂ ਜਿਹੜੇ ਸੰਤ ਮਹਾਂਪੁਰਖ ਆ ਉਹ ਨਿੰਦਕ ਦੀ ਸਹਾਇਤਾ ਕਰਦੇ ਆ। ਇਸੇ ਕਰਕੇ ਉਹ ਇਹ ਕੰਨੀ ਬੜੇ ਗੱਜ ਬੱਜ ਕੇ ਆਖਦੇ ਆ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਸੋ ਉਹਦੇ ਵਿੱਚ ਉਹ ਜਿਹੜੇ ਨਿੰਦਕ ਵਾ ਉਹਨਾਂ ਨੂੰ ਆਪਣਾ ਮਿੱਤਰ ਦੱਸਦੇ ਹੈਗੇ ਆ। ਪਰ ਅਖੀਰ ਦੇ ਵਿੱਚ ਉਹ ਇਹ ਵੀ ਆਖ ਦਿੰਦੇ ਆ ਕਿ ਇਹ ਜਿਹੜੇ ਨਿੰਦਕ ਹੈਗੇ ਆ ਇਹ ਆਪਣਾ ਜਿਹੜਾ ਜੀਵਨ ਆ ਉਹ ਸੰਸਾਰ ਦੇ ਵਿੱਚ ਜਿਹੜੀ ਬਾਜੀ ਆ ਉਹ ਹਾਰ ਜਾਂਦੇ ਆ ਅਤੇ ਨਰਕਾਂ ਦੇ ਭਾਗੇ ਵੀ ਬਣ ਜਾਂਦੇ ਆ। ਅਤੇ ਪਰ ਅਸੀਂ ਸਹਿਜ ਦੇ ਵਿੱਚ ਇਹ ਜਿਹੜੀ ਬਾਜੀ ਆ ਇਸ ਜੀਵਨ ਦੀ ਇਹ ਜਿੱਤ ਕੇ ਸਹਿਜੇ ਹੀ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਹਾਂ। ਇਸ ਕਰਕੇ ਇਹ ਨਿੰਦਕ ਜਿਹੜੇ ਮਹਾਂਪੁਰਖਾਂ ਦੇ ਵਾਸਤੇ ਇੱਕ ਬੇੜੀ ਦਾ ਕੰਮ ਕਰਦੇ ਆ, ਜਿਹੜੀ ਬੇੜੀ ਮਹਾਂਪੁਰਖਾਂ ਨੂੰ ਭਵ ਸਾਗਰ ਤੋਂ ਬੜੀ ਆਸਾਨੀ ਨਾਲ ਪਾਰ ਕਰ ਦਿੰਦੀ ਆ। ਪਰ ਨਿੰਦਕ ਜਿਹੜਾ ਇਹ ਬੇੜੀ ਬਣ ਕੇ ਮਹਾਂਪੁਰਖਾਂ ਨੂੰ ਉਤਾਰਦਾ ਹੈ ਉਹ ਬੇੜੀ ਆਪ ਹੀ ਜਦ ਪੂਰੇ ਪਾਪਾਂ ਨਾਲ ਭਰ ਜਾਂਦੀ ਹੈ ਅਤੇ ਇਸ ਭਵ ਸਾਗਰ ਦੇ ਵਿੱਚ ਡੁੱਬ ਜਾਂਦੀ ਆ। ਇਸੇ ਕਰਕੇ ਭਾਈ ਇਹ ਜਿਹੜੀ ਮਹਾਂਪੁਰਖਾਂ ਦੀ ਨਿੰਦਾ ਹੈ ਕਰਨੀ ਹੈਗੀ ਆ, ਇਹ ਨਿੰਦਾ ਜਿਹੜੀ ਆ ਇਸ ਨਿੰਦਾ ਤੋਂ ਬਹੁਤ ਬਚਣ ਦੀ ਜ਼ਰੂਰਤ ਹੈ। ਔਰ ਕਰਨੀ ਤਾਂ ਇੱਕ ਪਾਸੇ, ਕਿਸੇ ਮਹਾਂਪੁਰਖਾਂ ਦੀ ਨਿੰਦਾ ਵੀ ਨਹੀਂ ਸੁਣਨੀ ਚਾਹੀਦੀ। ਕਰਨ ਵਾਲੇ ਨਿੰਦਾ ਲੋਕ ਜਿਹੜੇ ਆ ਉਹ ਤਾਂ ਪਾਪਾਂ ਦੇ ਭਾਗੀ ਬਣਦੇ ਆ, ਪਰ ਜਿਹੜੇ ਉਹਨਾਂ ਦੀ ਨਿੰਦਾ ਸੁਣਦੇ ਆ ਉਹ ਸੁਣਨ ਵਾਲੇ ਵੀ ਪਾਪਾਂ ਦੇ ਭਾਗੀ ਬਣ ਜਾਂਦੇ ਆ। ਇਸ ਕਰਕੇ ਗੁਰਬਾਣੀ ਨੇ ਆਖਿਆ ਕਿ ਕਾਨ ਨਾ ਸੁਣੇ ਕਾਹੂ ਕੀ ਨਿੰਦਾ, ਕੰਨ ਇਹੋ ਜਿਹੇ ਬਣਾਓ ਜਿਹੜੇ ਕੇਵਲ ਤਾਂ ਕੇਵਲ ਵਾਹਿਗੁਰੂ ਦੀ ਉਸਤਤੀ ਜਸ ਕੀਰਤੀ ਸੁਣ, ਨਾ ਕਿ ਕਿਸੇ ਮਹਾਤਮਾ ਦੀ ਨਿੰਦਾ ਸੁਣ। ਇਸ ਕਰਕੇ ਕੰਨ ਜਿਹੜੇ ਆ ਇਹ ਸਾਨੂੰ ਵਾਹਿਗੁਰੂ ਨੇ ਦਿੱਤੇ ਆ, ਹਰੇਕ ਚੀਜ਼ ਅੱਖਾਂ ਨਾਲ ਦੇਖਣਾ, ਕੰਨਾਂ ਨਾਲ ਸੁਣਨਾ, ਅਤੇ ਆਪਣੀ ਜੀਭ ਦੇ ਨਾਲ 36 ਪ੍ਰਕਾਰ ਦੇ ਭੋਜਨ ਚੱਖਣੇ ਖਾਣੇ, ਇਹ ਸਾਰੀ ਚੀਜ਼ ਸਾਨੂੰ ਜਿਹੜੀ ਆ ਉਹ ਪੌਣੀ ਦੇ ਰੂਪੀ ਕੱਪੜੇ ਦੇ ਵਿੱਚ ਪੁਣ ਕੇ ਜਿਹੜੀ ਆ ਉਹ ਸਾਨੂੰ ਆਪਣੇ ਇਹਨਾਂ ਇੰਦਰੀਆਂ ਦੇ ਰਾਹੀਂ ਅੰਦਰ ਨਗਾਉਣੀ ਚਾਹੀਦੀ ਆ। ਭਾਵ ਕੀ ਆ ਕਿ ਸਾਨੂੰ ਆਪਣੇ ਜੀਵਨ ਦੇ ਵਿੱਚ ਪੱਖ ਅਤੇ ਅਪੱਖ ਦੀ ਪਹਿਚਾਣ ਕਰਨੀ ਚਾਹੀਦੀ ਆ ਕਿ ਕਿਹੜੀ ਚੀਜ਼ ਅਸੀਂ ਖਾਣੀ ਆ, ਕਿਹੜੀ ਛੱਡਣੀ ਆ। ਕਿਉਂ? ਕਿਉਂਕਿ ਅਸੀਂ ਵੀ ਜਿਹੜੇ ਹਨ ਗੁਰਮੁਖ ਮਾਰਗ ਦੇ ਪੰਧੀ ਬਣਨਾ ਹੈਗਾ। ਅਗਰ ਅਸੀਂ ਗੁਰਮੁਖ ਮਾਰਗ ਦੇ ਪੰਧੀ ਬਣਨਾ ਫਿਰ ਸਾਨੂੰ ਜਿਹੜਾ ਹਨ ਉਹ ਸੱਚ ਦੇ ਨਾਲ ਵਿਵਹਾਰ ਕਰਨਾ ਪਊਗਾ, ਸੱਚ ਦਾ ਸੇਵਨ ਕਰਨਾ ਪਊਗਾ। ਅਤੇ ਇੰਦਰੀਆਂ ਜਿਹੜੀਆਂ ਹੈ ਇਹ ਇੰਦਰੀਆਂ ਰੂਪੀ ਯੰਤਰ ਜੋ ਵਾਹਿਗੁਰੂ ਨੂੰ ਬਖਸ਼ਿਆ ਇਹਨਾਂ ਦੇ ਅੰਦਰ ਕੇਵਲ ਅਤੇ ਕੇਵਲ ਨਿਰੋਲ ਸੱਚ ਹੀ ਅਸੀਂ ਆਪਣੇ ਅੰਦਰ ਗ੍ਰਹਿਣ ਕਰਨਾ ਹੈਗਾ। ਜਦ ਗ੍ਰਹਿਣ ਕਰਾਂਗੇ ਉਹ ਵੀ ਸਮਾਂ ਆ ਜਾਊਗਾ। ਜਦ ਇਸ ਤਰ੍ਹਾਂ ਨਿਰੋਲ ਸੱਚ ਗ੍ਰਹਿਣ ਕਰਦੇ ਕਰਦੇ ਸਾਡਾ ਜਿਹੜਾ ਮਨ ਅਤੇ ਤਨ ਆ ਬਿਲਕੁਲ ਨਿਰੋਲ ਸੱਤ ਹੋ ਜਾਊਗਾ। ਜਦ ਸੱਤ ਹੋ ਜਾਊਗਾ ਤਾਂ ਫਿਰ ਅਸੀਂ ਸੱਤ ਸਰੂਪ ਹੋ ਜਾਵਾਂਗੇ। ਜਿਵੇਂ ਕਹਿ ਲਓ ਜਿਹੜੇ ਨਾਮ ਜਪਦੇ ਆ ਉਹ ਫਿਰ ਨਾਮੀ ਬਣ ਜਾਂਦੇ ਆ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਆ ਜਾਂ ਉਹ ਪਰਮੇਸ਼ਰ ਵਰਗੇ ਹੋ ਜਾਂਦੇ ਆ। ਜਿਵੇਂ ਕਿਸੇ ਨੇ ਆਖਿਆ ਸੀਗਾ ਕਿ ਮੈਂ ਕ੍ਰਿਸ਼ਨ ਭਗਵਾਨ ਦੀ ਪੂਜਾ ਕਰਦਾ ਹੈਗਾ ਪਰ ਮੈਨੂੰ ਕ੍ਰਿਸ਼ਨ ਦੇ ਦਰਸ਼ਨ ਨਹੀਂ ਹੁੰਦੇ, ਪਰ ਉਸ ਮਹਾਤਮਾ ਨੇ ਉੱਤਰ ਦਿੱਤਾ ਦਰਸ਼ਨ ਕਰਨੇ ਕੋਈ ਵੱਡੀ ਗੱਲ ਨਹੀਂ ਆ, ਤੂੰ ਕ੍ਰਿਸ਼ਨ ਬਣ ਜਾ। ਤੈਨੂੰ ਜਿਸ ਦਿਨ ਤੂੰ ਕ੍ਰਿਸ਼ਨ ਬਣ ਗਿਆ ਤੈਨੂੰ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਹੋ ਜਾਣਗੇ। ਭਾਵ ਕੀ ਆ
कि जदों इंसान जिहड़ा है अपने जीवन दे विच सत ते संतोख संजम ये सारियां जिहड़ियां क्रियावां रूपी गुण अपने अंदर धारण कर लूगा ते ये दा नतीजा की होगा कि वह समा आ के फिर सत सरूप हो जूगा। जब सत सरूप हो जूगा फिर गुरबाणी एक एक सत सुहान सदा मन चाओ ते सच्चे रूपी मन दे विच सदा चा पैदा हो जूगा वाहिगुरू दे दर्शन करन दा दीदार करन दा। तो मन के अंदर ये जिहड़ी पंक्ति आ गुरबाणी की वह गुरबाणी की पंक्ति जिहड़ी आ वह साडे मन के उत्ते जिहड़ी आ वह घड़न लग पऊगी ते असीं आखांगे कि मेरा मन लोचे गुरदर्शन ताई बिलप करे चातर की न्याई त्रिखना उतरे शांत नावे बिदर्शन संत प्यारे जी। जद इहोजी हालत अंदर बन जूगी तो जिवें मच्छी जिहड़ी उह पाणी लई तरसदी आ तड़फदी आ इस तरह जदों साडा मन दीदारे लई तरसूगा तो फिर वाहिगुरु सानू खुद आ के दर्शन दीदारे देणगे जां साडे दर्शन दीदारे होणगे तो फिर नानक नदरी नदर निहाल जिहड़े आ उस गुरमुख प्राणी नू कर देणगे। सो इहो जिहे जिहड़े गुरमुख प्राणी आ जद सत चेतनंद दे सरूप दे विच समा जांदे आ तो रब वर्गे हो जांदे आ। इसे करके गुरबाणी ने आख्या है कि जिन्हां ना विसरे नाम सेक नेहा भेद न जाणो मूल साहीं जेहा। सो इहो जिहे प्राणी जिहड़े आ उह परमेश्वर दा रूप हो जांदे आ। पर जिहड़े निंदक वा ये निंदक जिहड़े आ इन्हां महापुरखां दी निंदा करदे होए भी अपना जिहड़ा जीवन हैगा उह जीवन दी बाजी इसे ही दुनिया दे विच हार जांदे आ ते पापां दा बोझ लद के यह लोग जिहड़े कुंभी नरकां नूं चले जांदे। सो दास इन्ने ही बचन आप सारियां संगतां नाल सांझा करदा होया खिमा दा जा चुकवा जी हुईआं बेअंत भुल्लां चुकां दी खिमा बख्शनी। सो फतेह बुलाओ वाहिगुरू जी का खालसा वाहिगुरू जी की फतेह।